पिछले पास जिसे बंजारे बैठे ने फोटो डिलीट करो जी करो हुणी करो हुणी करो करो मेरी फोटो डिलीट करो ਇਤਰਾਜ ਫੋਟੋ ਤੋਂ ਤੁਸੀਂ ਕਦੋਂ ਬੋਲਦੇ ਜੀ ਹੁਣ ਮੈਂ ਤੁਹਾਡੀ ਬਣਾ ਰਿਹਾ ਉਹਨਾਂ ਨੂੰ ਇਤਰਾਜ ਸੀਗਾ ਭਾਈ ਸਾਹਿਬ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਯਾਰ ਸਾਡਾ ਅੱਛਾ ਜੀ ਉਹਨਾਂ ਦੀ ਤੁਸੀਂ ਫੋਟੋ ਖਿੱਚੀ ਉਹਨਾਂ ਨੂੰ ਇਤਰਾਜ ਹੋ ਗਿਆ ਹੁਣ ਤੁਹਾਨੂੰ ਮੇਰੇ ਤੋਂ ਕਹਦਾ ਇਤਰਾਜ ਇਸ ਤੇ ਨਹੀਂ ਫੋਟੋ ਦਾ ਇਹ ਮੋਟਰਸਾਈਕਲ ਰੇੜੀ ਹੈ ਉਹਦੇ ਉੱਤੇ 4-5 ਜਾਣੇ ਸੀਗੇ ਮੈਂ ਇਸੀ ਵੀ ਐਕਸੀਡੈਂਟ ਕਰਾਉਂ ਰਿਹਾ ਤਾਂ ਕਰਕੇ ਵੀ ਆਪਾਂ ਇਹਨਾਂ ਨੂੰ ਗਾਈਡ ਕਰ ਲੋਕਾਂ ਨੂੰ ਗਾਈਡ ਕਰਦੇ ਆ ਵੀ ਇਸ ਜਰੀਏ ਆਪਾਂ ਮੈਸੇਜ ਦੇ ਸਕੀਏ ਲੋਕਾਂ ਭਾਈ ਸਾਹਿਬ ਤੁਹਾਨੂੰ ਇਤਰਾਜ ਕਿਉਂ ਹੈ ਜੀ ਉਹਨਾਂ ਨੇ ਫੋਟੋ ਖਿੱਚੀ ਇਤਰਾਜ ਜੀ ਮੈਨੂੰ ਇਹ ਇਤਰਾਜ ਆ ਮੈਂ ਕੋਈ ਇਤਰਾਜ ਨਹੀਂ ਕਮਾਉਂਦਾ ਰੇੜੀ ਤੇ ਮੈਂ ਕੱਖ ਨਹੀਂ ਗਿਆ ਜਾਣਿਆ ਵੀ ਐਕਸੀਡੈਂਟ ਹੋਏਗਾ ਤਾਂ ਕਰਨ ਗਿਆ ਗਾ ਬੈਠੇ ਸੀ ਸਿਰਫ ਫੋਟੋ ਇਸ ਮਕਸਦ ਨਾਲ ਨੀ ਐਜੂਕੇਸ਼ਨ ਮਕਸਦ ਨਾਲ ਵੀ ਇਹ ਐਕਸੀਡੈਂਟ ਹੁੰਦੇ ਆ ਵੀ ਇਸ ਤਰ੍ਹਾਂ ਨਾ ਬੈਠਾ ਕਰੋ ਪਰ ਪਰੇਸ਼ਾਨੀ ਤਾਂ ਉਹਨਾਂ ਨੂੰ ਹੈ ਜੀ ਫੋਟੋ ਖਿੱਚਣ ਨੂੰ ਲੈ ਕੇ ਰੋਕਿਆ ਤਾਂ ਕੁਛ ਨਹੀਂ ਫੋਟੋ ਤੁਸੀਂ ਖਿੱਚੇ ਜਾਂਦੇ ਹੋ ਜੀ ਫੋਟੋ ਤੁਸੀਂ ਵੀ ਕਰੀ ਜਾਂਦੇ ਹੋ ਹੁਣ ਤੁਸੀਂ ਵੀ ਇਤਰਾਜ਼ ਕਰ ਰਹੇ ਸੀ ਵੀਡੀਓ ਨਹੀਂ ਬਣਾਉਣੀ ਤੁਸੀਂ ਮੈਨੂੰ ਰਿਕਾਰਡਡ ਆ ਤੁਸੀਂ ਕਿਹਾ ਵੀ ਕੋਈ ਬਣਾ ਨਹੀਂ ਸਕਦੇ ਜੀ ਨਹੀਂ ਨਾਲੇ ਮੈਂ ਸਾਰਾ ਦਿਨ ਚਾਹ ਪਾਣੀ ਪੀਉਣਾ ਨੱਕਿਆਂ ਤੇ ਜੀ ਦੇਖੋ ਕੋਈ ਗੱਲ ਉਹ ਖੇਤ ਆ ਮੇਰੇ ਸਾਹਮਣੇ ਉਹ ਸਾਹਮਣੇ ਖੇਤ ਆ ਮੇਰਾ ਪਿਛਲੇ ਪਾਸੇ ਉਹ ਜਿੱਥੇ ਬੰਜਾਰੇ ਬੈਠੇ ਨੇਗੇ ਚਲੋ ਰਵਈਆ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦਾ ਇਹ ਤਾਂ ਆਪਣੀ ਸਰਵਿਸ ਨਹੀਂ ਹੁੰਦੀ ਬਾਈ ਜੀ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਕਰਨ ਵਾਸਤੇ ਆਉਂਦੀ ਤੁਸੀਂ ਰਵਈਆ ਕਿਵੇਂ ਦੇਖਦੇ ਹੋ ਸਮਾਂ ਸੀ ਸੇਵਾ ਕਰਨਾ ਚਾਹ ਪਾਣੀ ਪੀਉਣਾ ਸਾਡੇ ਇਹਨਾਂ ਨੂੰ ਕੋਈ ਨਹੀਂ ਸੇਵਾ ਨਹੀਂ ਕਰਦੇ ਉਹ ਕੁਛ ਨਹੀਂ ਸੇਵਾ ਨਹੀਂ ਕਰਦੇ ਯਾਰ ਅਸੀਂ ਵੀ ਕਰਦੇ ਆ ਇੱਥੇ ਇਹ ਵੀ ਮਜਬੂਰੀ ਦੇ ਬਾਰੇ ਖੜਿਆ ਕੋਈ ਨਹੀਂ ਸਾਨੂੰ ਖੜੂ ਮਾਰ ਕੋਈ ਮਜਬੂਰੀ ਦੇ ਬਾਰੇ ਮੇਰੀ ਫੋਟੋ ਡਿਲੀਟ ਕਰੋ ਜੀ ਕਰੋ ਹੁਣੀ ਹੁਣੀ ਕਰੋ ਹੁਣੀ ਕਰੋ ਚਾਰ ਜਾਣੇ ਨਾ ਚੜਨ ਤੁਹਾਨੂੰ ਸੀਨੀਅਰ ਅਫਸਰਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਵੀ ਲੋਕਾਂ ਦੀਆਂ ਫੋਟੋਆਂ ਖਿੱਚਣੀਆਂ ਉਹ ਐਕਸੀਡੈਂਟ ਹੋਏਗਾ ਇਸ ਕਰਕੇ ਮੈਂ ਐਜੂਕੇਸ਼ਨ ਸੈੱਲ ਦਾ ਇੰਚਾਰਜ ਹਾਂ ਲੋਕਾਂ ਨੂੰ ਗਾਈਡ ਕਰਦੇ ਆ ਵੀ ਐਕਸੀਡੈਂਟ ਨਾ ਪਰ ਸਰ ਗਾਈਡੈਂਸ ਤਾਂ ਇੱਕ ਪਾਸੇ ਪਰ ਉਹਨਾਂ ਨੂੰ ਇਤਰਾਜ਼ ਆ ਨਿੱਜੀ ਤੌਰ ਤੇ ਭਾਈ ਸਾਹਿਬ ਹੋਰਾਂ ਨੂੰ ਇਤਰਾਜ਼ ਜੋ ਉਹਨਾਂ ਨੇ ਕਹਿਤਾ ਆਪਾਂ ਡਿਲੀਟ ਕਰ ਦਿੰਨੇ ਆ ਇਹ ਤਾਂ ਆਪਾਂ ਇਤਰਾਜ਼ ਹੋਣ ਹੀ ਨਹੀਂ ਦਿੰਦੇ ਕਿਸੇ ਦਾ ਪਰ ਸਰ ਫੇ ਆਪਾਂ ਖਿੱਚ ਦੇ ਗਏ ਜੇ ਡਿਲੀਟ ਕਰਨੀ ਆ ਬਾਤ ਕਰਨ ਆਏ ਆ ਅਸੀਂ ਪ੍ਰੇਮ ਕਰਨ ਆਏ ਆ ਵੀਰ ਜੀ ਨਹੀਂ ਨਾ ਕਿਸੇ ਨੂੰ ਜਾਓ ਜਾਓ ਵੀਰ ਜੀ ਡਿਲੀਟ ਕਰਤੀ ਡਿਲੀਟ ਕਰਤੀ ਡਿਲੀਟ ਕਰਤੀ ਉਦੋਂ ਚਾਰ ਜਾਣੇ ਮੋਟਰਸਾਈਕਲ ਤੇ ਪੰਜ ਜਾਣੇ ਇਤਰਾਜ਼ ਫੋਟੋ ਤੋਂ ਤੁਸੀਂ ਕਦੋਂ ਬੋਲਦੇ ਜੀ ਹੁਣ ਮੈਂ ਤੁਹਾਡੀ ਬਣਾ ਰਿਹਾ ਉਹਨਾਂ ਨੂੰ ਇਤਰਾਜ਼ ਸੀਗਾ ਭਾਈ ਸਾਹਿਬ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਯਾਰ ਸਾਡਾ ਅੱਛਾ ਜੀ ਉਹਨਾਂ ਦੀ ਤੁਸੀਂ ਫੋਟੋ ਖਿੱਚੀ ਉਹਨਾਂ ਨੂੰ ਇਤਰਾਜ਼ ਹੋ ਗਿਆ ਹੁਣ ਤੁਹਾਨੂੰ ਮੇਰੇ ਤੋਂ ਕਹਦਾ ਇਤਰਾਜ਼ ਜੀ ਇਸ ਤੇ ਨਹੀਂ ਫੋਟੋ ਦਾ ਇਹ ਮੋਟਰਸਾਈਕਲ ਰੇੜੀ ਹੈ ਉਹਦੇ ਉੱਤੇ 4-5 ਜਾਣੇ ਸੀਗੇ ਮੈਂ ਇਸੀ ਵੀ ਐਕਸੀਡੈਂਟ ਕਰਾਉਂ ਰਿਹਾ ਤਾਂ ਕਰਕੇ ਵੀ ਆਪਾਂ ਇਹਨਾਂ ਨੂੰ ਗਾਈਡ ਕਰੋ ਲੋਕਾਂ ਨੂੰ ਗਾਈਡ ਕਰਦੇ ਆ ਵੀ ਇਸ ਜਰੀਏ ਆਪਾਂ ਮੈਸੇਜ ਦੇ ਸਕੀਏ ਲੋਕਾਂ ਭਾਈ ਸਾਹਿਬ ਤੁਹਾਨੂੰ ਇਤਰਾਜ਼ ਕਿਉਂ ਹੈ ਜੀ ਉਹਨਾਂ ਨੇ ਫੋਟੋ ਖਿੱਚੀ ਇਤਰਾਜ਼ ਜੀ ਮੈਨੂੰ ਇਹ ਇਤਰਾਜ਼ ਆ ਮੈਂ ਕੋਈ ਇਤਰਾਜ਼ ਨਹੀਂ ਕਮਾਉਂਦਾ ਰੇੜੀ ਤੇ ਮੈਂ ਕੱਖ ਨਹੀਂ ਗਿਆ ਜਾਣੇ ਵੀ ਐਕਸੀਡੈਂਟ ਹੋਏਗਾ ਤਾਂ ਕਰਨ ਗਿਆ ਗਾ ਬੈਠੇ ਸੀ ਮੈਂ ਐਕਸੀਡੈਂਟ ਹੋਏਗਾ ਇਸੇ ਕਰਕੇ ਇਹਨਾਂ ਨੂੰ ਕਿਹਾ ਸੀ ਵੀ ਬਾਈ ਜੀ ਸਿਰਫ ਫੋਟੋ ਇਸ ਮਕਸਦ ਨਾਲ ਨੀ ਐਜੂਕੇਸ਼ਨ ਮਕਸਦ ਨਾਲ ਵੀ ਇਹ ਐਕਸੀਡੈਂਟ ਹੁੰਦੇ ਆ ਵੀ ਇਸ ਤਰ੍ਹਾਂ ਨਾ ਬੈਠਾ ਕਰੋ ਪਰ ਪਰੇਸ਼ਾਨੀ ਤਾਂ ਉਹਨਾਂ ਨੂੰ ਹੈ ਜੀ ਫੋਟੋ ਖਿੱਚਣ ਨੂੰ ਲੈ ਕੇ ਰੋਕਿਆ ਤਾਂ ਕੁਛ ਨਹੀਂ ਫੋਟੋ ਤੁਸੀਂ ਖਿੱਚੇ ਜਾਂਦੇ ਹੋ ਜੀ ਫੋਟੋ ਤੁਸੀਂ ਵੀ ਕਰੀ ਜਾਂਦੇ ਹੋ ਹੁਣੇ ਤੁਸੀਂ ਵੀ ਇਤਰਾਜ਼ ਕਰ ਰਹੇ ਸੀ ਵੀਡੀਓ ਨਹੀਂ ਬਣਾਉਣੀ
ਤੁਸੀਂ ਮੈਨੂੰ ਆਨ ਰਿਕਾਰਡਡ ਆ ਤੁਸੀਂ ਕਿਹਾ ਵੀ ਕੋਈ ਬਣਾ ਨਹੀਂ ਸਕਦੇ ਜੀ ਨਹੀਂ ਨਾਲੇ ਮੈਂ ਸਾਰਾ ਦਿਨ ਚਾਹ ਪਾਣੀ ਪੀਉਣਾ ਨਾਕਿਆਂ ਤੇ ਜੀ ਦੇਖੋ ਕੋਈ ਗੱਲ ਉਹ ਖੇਤ ਆ ਮੇਰੇ ਸਾਹਮਣੇ ਉਹ ਸਾਹਮਣੇ ਖੇਤ ਆ ਮੇਰਾ ਪਿਛਲੇ ਪਾਸੇ ਉਹ ਜਿੱਥੇ ਬੰਜਾਰੇ ਬੈਠੇ ਨੇਗੇ ਚਲੋ ਰਵਈਆ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦਾ ਇਹ ਤਾਂ ਆਪਣੀ ਸਰਵਿਸ ਲਈ ਹੁੰਦੀ ਬਾਈ ਜੀ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਕਰਨ ਵਾਸਤੇ ਆਉਂਦੀ ਤੁਸੀਂ ਰਵਈਆ ਕਿਵੇਂ ਦੇਖਦੇ ਹੋ ਸਮਾਂ ਸੀ ਸੇਵਾ ਕਰਨਾ ਚਾਹ ਪਾਣੀ ਪੀਉਣਾ ਸਾਰਾ ਦਿਨ ਇਹਨਾਂ ਨੂੰ ਕੋਈ ਨਹੀਂ ਅਸੀਂ ਕਿਹੜਾ ਸੇਵਾ ਨਹੀਂ ਕਰਦੇ ਉਹ ਕੁਛ ਨਹੀਂ ਸੇਵਾ ਨਹੀਂ ਕਰਦੇ ਯਾਰ ਅਸੀਂ ਵੀ ਕਰਦੇ ਆ ਇੱਥੇ ਇਹ ਵੀ ਮਜਬੂਰੀ ਦੇ ਮਾਰੇ ਖੜਿਆ ਕੋਈ ਨਹੀਂ ਕਾਹਨੂੰ ਖੜੂ ਮਾਰੇ ਕੋਈ ਮਜਬੂਰੀ ਦੇ ਮਾਰੇ ਮੇਰੀ ਫੋਟੋ ਡਿਲੀਟ ਕਰੋ ਜੀ ਚੱਲ ਦੇ ਕਰੋ ਹੁਣੀ ਕਰੋ ਹੁਣੀ ਕਰੋ चार जाने ना चढ़न सीनियर अफसर वालों दिशा निर्देश दिते गए फोटो खिंचनियां इस करके मैं एजुकेशन सेल दा इंचार्ज है लोगों नूं गाइड करदे वी एक्सीडेंट ना पर सर गाइडेंस तां इक पासे पर उहनां नूं इतराज आ रहा निजी तौर ते भाई साहब होर उहनां नूं जो उहनां ने कहता आप डिलीट कर देने आ ਇਹ ਤਾਂ ਆਪਾਂ ਇਤਰਾਜ ਹੋਣ ਹੀ ਦਿੰਦੇ ਕਿਸੇ ਦਾ ਪਰ ਸਰ ਫੇ ਆਪਾਂ ਖਿੱਚਦੇ ਕਿ ਅਜੇ ਡਿਲੀਟ ਕਰਨੀ ਆ ਬਾਤ ਕਰਨ ਆਏ ਆ ਅਸੀਂ ਪ੍ਰੇਮ ਕਰਨ ਆਏ ਆ ਵੀਰ ਜੀ ਨਹੀਂ ਨਾ ਕਿਸੇ ਨੂੰ ਜਾਓ ਜਾਓ ਵੀਰ ਜੀ ਡਿਲੀਟ ਕਰਤੀ ਉਦੋਂ ਚਾਰ ਜਣੇ ਮੋਟਰਸਾਈਕਲ ਤੇ ਪੰਜ ਜਣੇ